ਮੋਬਾਈਲ ਖੋ ਕੇ ਭੱਜ ਰਹੇ ਇੱਕ ਝਪਟਮਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਹਾ ਜਾ ਰਿਹਾ ਕਿ ਬਾਈਕ ਦੇ ਉੱਤੇ ਸਵਾਰ ਹੋਣ ਦੇ ਕਾਰਨ ਉਹ ਮੌਕੇ ਤੋਂ ਫਰਾਰ ਹੋ ਗਿਆ, ਪਰ ਉਸਦਾ ਬਾਈਕ ਉੱਥੇ ਹੀ ਰਹਿ ਗਿਆ, ਯਾਨੀ ਕਿ ਬਾਈਕ ਸੁੱਟ ਕੇ ਉਹ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਲੋਕਾਂ ਨੇ ਉਸਦੇ ਬਾਈਕ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਹੁਣ ਉਸਦੇ ਬਾਈਕ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਹ ਬਾਈਕ ਹੈ ਕਿਸਦਾ, ਕੀ ਜਿਸਦਾ ਇਹ ਬਾਈਕ ਸੀ ਉਹੀ ਖੁਦ ਮੋਬਾਈਲ ਖੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਫਿਰ ਜੋ ਝਪਟਮਾਰ ਸੀ ਉਸਨੇ ਕਿਸੇ ਦਾ ਬਾਈਕ ਇਹ ਚੋਰੀ ਕੀਤਾ ਸੀ। ਤਾਂ ਲਗਾਤਾਰ ਹੁਣ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸੜਕ ਦੇ ਉੱਤੇ ਜਾ ਰਹੇ ਸ਼ਖਸ ਦੇ ਕੋਲੋਂ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਜਦੋਂ ਉਹ ਮੋਬਾਈਲ ਖੋ ਕੇ ਭੱਜਣ ਲੱਗਿਆ ਤਾਂ ਉਸਦਾ ਬਾਈਕ ਉੱਥੇ ਹੀ ਰਹਿ ਗਿਆ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਜੋ ਸੀ ਉਸਦਾ, ਉਸਨੂੰ ਲੋਕਾਂ ਨੇ ਪਹਿਲਾਂ ਆਪਣੇ ਕਬਜ਼ੇ 'ਚ ਲਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਬੁਲਾਇਆ। ਪੁਲਿਸ ਹੁਣ ਇਸਦੇ ਮੋਟਰਸਾਈਕਲ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਬਾਈਕ ਹੈ ਕਿਸਦਾ, ਕੀ ਇਹ ਝਪਟਮਾਰ ਦਾ ਹੀ ਬਾਈਕ ਹੈ ਜਾਂ ਫਿਰ ਉਸ ਝਪਟਮਾਰ ਨੇ ਕਿਸੇ ਦੇ ਬਾਈਕ ਨੂੰ ਵੀ ਚੋਰੀ ਕੀਤਾ ਹੈ। ਤਾਂ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖੋ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ, ਖੋ ਹੋਣ ਲੱਗੀ ਸੀ ਤੇ ਬਾਈ ਨੇ ਜਿਹੜੀ ਝਪਟਮਾਰ ਜਦੋਂ ਉੱਤੇ ਤਾਂ ਬਾਈ ਨੇ ਰੋਕ ਲਿਆ, ਮਤਲਬ ਉਹ ਸਨੈਚਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਬਾਈ ਨੇ ਤੇ ਐਕਚੁਅਲੀ ਉਹ ਡਿੱਗਿਆ ਹੇਠਾਂ ਤੇ ਉਹ ਭੱਜ ਗਿਆ ਤੇ ਮੋਟਰ ਉਹਦੇ ਹੱਥੇ ਆ ਗਿਆ। ਸਾਨੂੰ ਤਾਂ ਇੰਨੀ ਇਨਫੋਰਮੇਸ਼ਨ ਦੀ ਹੁਣ ਅਸੀਂ ਲੈ ਕੇ ਜਾ ਰਹੇ ਹਾਂ ਤੇ ਜਿਹੜਾ RTO ਦਾ ਆਫਿਸ ਐਡਰੈਸ ਕਢਵਾ ਕੇ ਅਸੀਂ ਪਤਾ ਕਰਾਂਗੇ ਮੋਟਰ ਚੋਰੀ ਹੋਇਆ ਜਾਂ ਜਿਹਦਾ ਹੈਗਾ ਸੀ ਉਹੀ ਸੀ। ਇਹ ਸਰ ਘਟਨਾ ਕਿਹੜੇ ਏਰੀਏ ਦੀ ਹੈ? ਇਹ ਹੈਗੀ ਆਪਣੀ ਡਿਵੀਜ਼ਨ ਨੰਬਰ 6 ਦੀ ਆ, ਚੌਂਕੀ ਮਿਲਦਰਗੰਜ। ਠੀਕ ਹੈ, ਉਹਨੂੰ ਮਿਲਦਰਗੰਜ ਚੌਂਕੀ ਲੈ ਕੇ ਜਾ ਰਹੇ? ਹਾਂਜੀ ਹਾਂਜੀ। ਭਾਜੀ ਬਾਕੀ ਮੈਂ ਪੁਲਿਸ ਵਾਲਿਆਂ ਤੋਂ ਇਹ ਉਮੀਦ ਕਰਦਾ ਕਿ ਜੋ ਮੇਰਾ ਡੈਮੇਜ ਹੋਇਆ ਤੇ ਜਿਹੜਾ ਬੰਦਾ ਅਪਰਾਧੀ ਆ ਉਹਨੂੰ ਨੂੰ ਇਹ ਫੜਨਗੇ ਤੇ ਮੇਰੇ ਕੋਲ ਮੇਰੇ ਸਾਹਮਣੇ ਉਹ ਕਰਨਗੇ ਤੇ ਸਾਡਾ ਜੋ ਵੀ ਹੈ ਸੈਟਿੰਗ ਕਰਵਾਉਣਗੇ ਸਾਡੀ। ਠੀਕ ਹੈ, ਤੇ ਬਾਕੀ ਇਹਨਾਂ ਦੀ ਜਿਹੜੀ ਫੀਡਬੈਕ ਹੋਊਗੀ ਉਹ ਮੈਂ ਦੁਬਾਰਾ ਤੁਹਾਨੂੰ ਅਪਡੇਟ ਕਰਾਂਗਾ। ਮੋਬਾਈਲ ਖੋ ਕੇ ਭੱਜ ਰਹੇ ਇੱਕ ਝਪਟਮਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕਿਹਾ ਜਾ ਰਿਹਾ ਕਿ ਬਾਈਕ ਦੇ ਉੱਤੇ ਸਵਾਰ ਹੋਣ ਦੇ ਕਾਰਨ ਉਹ ਮੌਕੇ ਤੋਂ ਫਰਾਰ ਹੋ ਗਿਆ, ਪਰ ਉਸਦਾ ਬਾਈਕ ਉੱਥੇ ਹੀ ਰਹਿ ਗਿਆ, ਯਾਨੀ ਕਿ ਬਾਈਕ ਸੁੱਟ ਕੇ ਉਹ ਮੌਕੇ ਤੋਂ ਫਰਾਰ ਹੋ ਗਿਆ। ਫਿਲਹਾਲ ਲੋਕਾਂ ਨੇ ਉਸਦੇ ਬਾਈਕ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਹੁਣ ਉਸਦੇ ਬਾਈਕ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਰ ਇਹ ਬਾਈਕ ਹੈ ਕਿਸਦਾ, ਕੀ ਜਿਸਦਾ ਇਹ ਬਾਈਕ ਸੀ ਉਹੀ ਖੁਦ ਮੋਬਾਈਲ ਖੋਣ ਦੀ ਕੋਸ਼ਿਸ਼ ਕਰ ਰਿਹਾ ਸੀ ਜਾਂ ਫਿਰ ਜੋ ਝਪਟਮਾਰ ਸੀ ਉਸਨੇ ਕਿਸੇ ਦਾ ਬਾਈਕ ਇਹ ਚੋਰੀ ਕੀਤਾ ਸੀ। ਤਾਂ ਲਗਾਤਾਰ ਹੁਣ ਪੁਲਿਸ ਦੇ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ, ਜਿੱਥੇ ਕਿ ਇੱਕ ਸੜਕ ਦੇ ਉੱਤੇ ਜਾ ਰਹੇ ਸ਼ਖਸ ਦੇ ਕੋਲੋਂ ਮੋਬਾਈਲ ਖੋਣ ਦੀ ਕੋਸ਼ਿਸ਼ ਕੀਤੀ ਗਈ। ਹਾਲਾਂਕਿ ਜਦੋਂ ਉਹ ਮੋਬਾਈਲ ਖੋ ਕੇ ਭੱਜਣ ਲੱਗਿਆ ਤਾਂ ਉਸਦਾ ਬਾਈਕ ਉੱਥੇ ਹੀ ਰਹਿ ਗਿਆ। ਫਿਲਹਾਲ ਤੁਹਾਨੂੰ ਦੱਸ ਦਈਏ ਕਿ ਮੋਟਰਸਾਈਕਲ ਜੋ ਸੀ ਉਸਦਾ, ਉਸਨੂੰ ਲੋਕਾਂ ਨੇ ਪਹਿਲਾਂ ਆਪਣੇ ਕਬਜ਼ੇ 'ਚ ਲਿਆ ਅਤੇ ਉਸ ਤੋਂ ਬਾਅਦ ਦੇ ਵਿੱਚ ਪੁਲਿਸ ਨੂੰ ਬੁਲਾਇਆ। ਪੁਲਿਸ ਹੁਣ ਇਸਦੇ ਮੋਟਰਸਾਈਕਲ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹ ਬਾਈਕ ਹੈ ਕਿਸਦਾ, ਕੀ ਇਹ ਝਪਟਮਾਰ ਦਾ ਹੀ ਬਾਈਕ ਹੈ ਜਾਂ ਫਿਰ ਉਸ ਝਪਟਮਾਰ ਨੇ ਕਿਸੇ ਦੇ ਬਾਈਕ ਨੂੰ ਵੀ ਚੋਰੀ ਕੀਤਾ ਹੈ। ਤਾਂ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਖੋ ਹੋਣ ਦੀ ਕੋਸ਼ਿਸ਼ ਕੀਤੀ ਗਈ ਸੀ, ਖੋ ਹੋਣ ਲੱਗੀ ਸੀ ਤੇ ਬਾਈ ਨੇ ਜਿਹੜੀ ਝਪਟਮਾਰ ਜਦੋਂ ਉੱਤੇ ਤਾਂ ਬਾਈ ਨੇ ਰੋਕ ਲਿਆ, ਮਤਲਬ ਉਹ ਸਨੈਚਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਸੀ ਬਾਈ ਨੇ ਤੇ ਐਕਚੁਅਲੀ ਉਹ ਡਿੱਗਿਆ ਹੇਠਾਂ ਤੇ ਉਹ ਭੱਜ ਗਿਆ ਤੇ ਮੋਟਰ ਉਹਦੇ ਹੱਥੇ ਆ ਗਿਆ। ਸਾਨੂੰ ਤਾਂ ਇੰਨੀ ਇਨਫੋਰਮੇਸ਼ਨ ਦੀ ਹੁਣ ਅਸੀਂ ਲੈ ਕੇ ਜਾ ਰਹੇ ਹਾਂ ਤੇ ਜਿਹੜਾ RTO ਦਾ ਆਫਿਸ ਐਡਰੈਸ ਕਢਵਾ ਕੇ ਅਸੀਂ ਪਤਾ ਕਰਾਂਗੇ ਮੋਟਰ ਚੋਰੀ ਹੋਇਆ ਜਾਂ ਜਿਹਦਾ ਹੈਗਾ ਸੀ ਉਹੀ ਸੀ। ਇਹ ਸਰ ਘਟਨਾ ਕਿਹੜੇ ਏਰੀਏ ਦੀ ਹੈ? ਇਹ ਹੈਗੀ ਆਪਣੀ ਡਿਵੀਜ਼ਨ ਨੰਬਰ 6 ਦੀ ਆ, ਚੌਂਕੀ ਮਿਲਦਰਗੰਜ। ਠੀਕ ਹੈ, ਉਹਨੂੰ ਮਿਲਦਰਗੰਜ ਚੌਂਕੀ ਲੈ ਕੇ ਜਾ ਰਹੇ? ਹਾਂਜੀ ਹਾਂਜੀ।
ਭਾਜੀ ਬਾਕੀ ਮੈਂ ਪੁਲਿਸ ਵਾਲਿਆਂ ਤੋਂ ਇਹ ਉਮੀਦ ਕਰਦਾ ਕਿ ਜੋ ਮੇਰਾ ਡੈਮੇਜ ਹੋਇਆ ਅਤੇ ਜਿਹੜਾ ਬੰਦਾ ਅਪਰਾਧੀ ਆ ਉਹਨੂੰ ਨੂੰ ਇਹ ਫੜਨਗੇ ਅਤੇ ਮੇਰੇ ਕੋਲ ਮੇਰੇ ਸਾਹਮਣੇ ਉਹ ਕਰਨਗੇ ਅਤੇ ਸਾਡਾ ਜੋ ਵੀ ਹੈ ਸੈਟਿੰਗ ਕਰਵਾਉਣਗੇ ਸਾਡੀ, ਠੀਕ ਹੈ। ਅਤੇ ਬਾਕੀ ਇਹਨਾਂ ਦੀ ਜਿਹੜੀ ਫੀਡਬੈਕ ਹੋਊਗੀ ਉਹ ਮੈਂ ਦੁਬਾਰਾ ਤੁਹਾਨੂੰ ਅਪਡੇਟ ਕਰਾਂਗਾ।